हाँ जी, सत श्री अकाल जी। सब तो पहला तो सॉरी कि पिछले दो दिन व्लॉग नहीं आया। व्लॉग क्यों नहीं आया, उदा रीजन थोनू आ सारा व्लॉग देख के पता लग जाना वा। अच्छा, पिछले कुछ व्लॉगों तो अपनी वीडियो में दो सस्पेंस क्रिएट होया। एक सस्पेंस ए क्रिएट होया वा कि हरमन इंडिया आया होया वा या नहीं आया होया, वह भी थोनू आ व्लॉग देख के पता लग जाना वा। तो दूजा ਵਿਆਹ ਕਿਹਦਾ ਵਾ, ਉਹਦੇ ਵੀ ਆਪਾਂ ਬਹੁਤ ਇਸ ਵਾਰੀ ਹੱਸ ਹੱਸ ਕੇ ਹਿੰਟ ਦਿੱਤੇ ਆ ਵੀ ਕਿਹਦਾ ਕਿਹਦਾ ਵਿਆਹ ਵਾ। ਚੱਲ ਝੂਠਾ, ਤੇ ਉਹ ਹੁਣ ਤੁਸੀਂ ਲੱਭਣੇ ਆ ਤੇ ਤੁਸੀਂ ਕਿਸ ਕਰਨਾ ਵਾ। ਚਲੋ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ। ਇਹ ਕਹਾਣੀ ਹੈਗੀ ਆ 3 ਦਿਨਾਂ ਦੀ। ਇਹਦੇ ਵਿੱਚ ਇੱਕ ਵਾਰੀ ਚੰਡੀਗੜ੍ਹ ਵੀ ਗਏ ਹੋਏ ਹਾਂ। ਇਹਦੇ ਵਿੱਚ ਅਸੀਂ ਚੌੜੇ ਬਾਜ਼ਾਰ ਜਾ ਕੇ ਵਿਆਹਾਂ ਦੇ ਕਾਰਡ ਅਤੇ ਕੋਟ ਪੈਂਟ ਵੀ ਬਣਵਾਏ ਹੋਏ ਆ, ਅਤੇ ਤੀਏ ਦਿਨ ਜਿਹੜਾ ਆਪਣਾ ਵਿਆਹ ਦਾ ਸਭ ਤੋਂ ਮੇਨ ਕਾਰਜ ਹੁੰਦਾ ਵਾ ਉਹ ਵੀ ਆਪਾਂ ਕੀਤਾ ਹੋਇਆ ਵਾ। ਅਤੇ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ। ਤੁਹਾਨੂੰ ਪਤਾ ਜਿਹੜਾ ਆਪਣਾ ਲਾਸਟ ਵਲੌਗ ਸੀਗਾ, ਮਤਲਬ ਅਸੀਂ ਮੇਲੇ 'ਤੇ ਗਏ ਹੋਏ ਸੀਗੇ, ਪਹਿਲਾਂ ਇੱਕ ਕਲਿੱਪ ਦੇਖੋ। ਹੁਣ ਬਾਕੀ ਮੇਲਾ ਤੁਸੀਂ ਪਵਨਾ ਨਾ ਦੇਖਿਓ, ਮੈਂ ਹੁਣ ਚੱਲਿਆ, ਮੈਨੂੰ ਕੰਮ ਆ। ਜਦੋਂ ਮੈਂ ਮੇਲੇ ਦੇ ਵਿੱਚੋਂ ਵਿਚਾਲੇ ਨੂੰ ਚੱਲਿਆ ਗਿਆ ਸੀਗਾ, ਸਾਰਿਆਂ ਨੇ ਇਹੀ ਕਮੈਂਟ ਕੀਤੇ ਕਿ ਤੁਸੀਂ ਹਰਮਨ ਨੂੰ ਲੈਣ ਗਏ ਹੋ। ਦਰਅਸਲ ਉਦੋਂ ਮੈਂ ਹਰਮਨ ਨੂੰ ਲੈਣ ਨਹੀਂ ਸੀ ਗਿਆ, ਉਦੋਂ ਮੈਂ ਗਿਆ ਸੀਗਾ, ਉਹ ਤੁਸੀਂ ਆਪ ਹੀ ਦੇਖ ਲਓ। ਕਹਿੰਦੇ ਕਿੱਥੇ ਚੱਲੇ? ਉੱਥੇ ਚੱਲੇ ਜਿੱਥੇ ਪਹਿਲਾਂ ਵੀ ਦੋ ਵਾਰੀ ਧੱਕੇ ਖਾਇਆ ਏ, ਉੱਥੇ ਚੱਲੇ। ਕਹਿੰਦੇ ਨਾਲ ਕੌਣ ਚੱਲਿਆ? ਨਾਲ ਚੱਲਿਆ ਪੰਮਾ ਕੈਂਡ ਵਾਲਾ। ਹੋਰ ਵੀ ਪੰਮਿਆ? ਵਧੀਆ ਬਾਈ। ਅਸੀਂ ਚੱਲੇ ਹਾਂ ਚੰਡੀਗੜ੍ਹ, ਅੱਗੇ ਦੋ ਵਾਰੀ ਗਏ, ਸਾਡਾ ਕੰਮ ਬਣਿਆ ਨੀ। ਅੱਜ ਆਪਾਂ ਤੀਜੀ ਵਾਰੀ ਟਰਾਈ ਕਰ ਰਹੇ, ਜੇ ਆਪਣਾ ਅੱਜ ਨਾ ਕੰਮ ਬਣਿਆ ਮੁੜ ਕੇ ਜਾਣਾ ਜਮਾ ਨੀ। ਅੱਜ ਆਪਾਂ ਕੰਮ ਫਤਿਹ ਕਰਕੇ ਆਉਣਾ ਵਾ। ਤੇ ਬਾਕੀ ਹੁਣ ਹੋਰ ਗੱਲ ਬਸ ਸੁਣਾਓ ਜੀ। ਹੋਰ ਵਧੀਆ, ਠੀਕ ਠਾਕ। ਹੁਣ ਤਾਂ ਤੇਰੀਆਂ ਵੀ ਤਰੀਫਾਂ ਆਉਣ ਲੱਗ ਗਈਆਂ। ਕਹਿੰਦੇ ਮੁੰਡਾ ਬੋਲਣ ਲੱਗ ਗਿਆ, ਹੁਣ ਨੀ ਚੁੱਪ ਕਰਦਾ। ਕਹਿੰਦੇ ਹੁਣ ਆਪਾਂ ਚੁੱਪ ਕਰਨਾ ਵੀ ਨੀ, ਹੁਣ ਤਾਂ ਗਾਹ ਹੌਲੀ ਸੰਗ ਜੀ ਖੁੱਲਦੀ ਜਾਂਦੀ ਆ। ਤਾਂ ਕਹਿੰਦੇ ਗਾਹ ਵਿਆਹਾਂ ਵੇਲੇ ਬੋਲੀਆਂ ਵੀ ਪਾਉ ਮੁੰਡਾ, ਬੋਲੀਆਂ ਪਾਵਾਂਗੇ। ਚਲੋ ਠੀਕ ਆ, ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਚੰਡੀਗੜ੍ਹ ਦੇ ਕੋਲ ਜਾ ਕੇ ਮਿਲਦੇ ਹਾਂ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅਸੀਂ ਥਾਰ ਤੇ ਕਾਹਦੇ ਨਹੀਂ ਆਏ। ਦੋ ਰੀਜ਼ਨ ਨੇ, ਇੱਕ ਤਾਂ ਪਿੰਡੋਂ ਸਿੱਧਾ ਆਏ ਹਾਂ, ਦੂਜਾ ਹਲੇ ਆਪਣੇ ਇਹਦੀ ਨੰਬਰ ਪਲੇਟ ਨਹੀਂ ਆਈ। ਪਰ ਮੈਂ ਕਾਹਨੂੰ ਚਲਾਣ ਕਟਾਉਣਾ, ਮੈਂ ਕਹਿੰਦਾ ਜੀ ਚੱਲਦੇ ਹਾਂ ਉਹਦੇ 'ਤੇ। ਚੱਕ ਲਏ ਫਾਰਮ ਜੀ? ਚਲੋ ਠੀਕ ਆ, ਹੁਣ ਪਹਿਲਾਂ ਆਪਾਂ ਕੰਮ ਕਰ ਲਈਏ, ਫਿਰ ਅੱਜ ਮੱਝ ਜਾਂਦੇ ਹੋਏ ਫਿਰ ਮਾਰਾਂਗੇ ਗੇੜਾ ਆਪਾਂ ਮੋਹਾਲੀ 3v2 ਅਤੇ ਹੋਰ ਕਿੱਥੇ ਪੰਮੇ ਮਾਰਦੇ ਹੁੰਦੇ ਹਾਂ 3v2। ਕੰਮ ਤਾਂ ਮਿਲਿਆ ਸਾਡਾ ਸ਼ਾਇਦ ਹੀ ਹੋਵੇ, ਬਟ ਆਪਾਂ ਪਹਿਲਾਂ ਨਾ ਭੋਜਨ ਕਰ ਲਈਏ। ਫਰੂਟ ਸੈਲਡ, ਆਪਣਾ ਸਪਰਿੰਗ ਰੋਲ ਅਤੇ ਸ਼ੇਕ। ਜੇ ਪੰਮਾ ਆਰਡਰ ਕਰਨ ਗਿਆ ਹੋਵੇ ਤੇ ਆਰਡਰ ਹਲਕਾ ਫੁਲਕਾ ਕਰਿਆ ਹੋਵੇ, ਕਿਤੇ ਹੋ ਸਕਦਾ। ਭੁੱਖ ਬਹੁਤ ਲੱਗੀ ਆ, ਚਾਹ ਪੀਤੀ ਆ ਕੱਲੀ, ਭੁੱਖ ਲੱਗੀ ਵਾ ਬਹੁਤ ਹੋਈ। ਬੜਾ ਬੜਾ ਅੱਗੇ ਕਾਲਾ ਕਰੇ, ਇੱਧਰੋਂ ਇੱਧਰੋਂ ਉੱਧਰ ਨੂੰ ਤੁਰ ਜਾਓ, ਉੱਧਰੋਂ ਆਏ ਨੂੰ ਆ ਜਾਓ, ਆਉਣ ਨਹੀਂ ਆਉਣਾ ਹੈਗਾ, ਇੱਦੂ ਆਉਣ ਨਹੀਂ ਆਉਂਦੇ। ਸਾਰੀਆਂ ਆਈਟਮਾਂ ਬੜੀਆਂ ਸਵਾਦ ਸੀ, ਸਪੈਸ਼ਲੀ ਸਪਰਿੰਗ ਰੋਲ। ਮੈਨੂੰ ਲੱਗਦਾ ਨਾ ਯੂਨੀਵਰਸਿਟੀ ਕਰਕੇ ਅੰਦਰ ਪੂਰੀ ਵਧੀਆ ਚੀਜ਼ ਹੀ ਮਿਲਦੀ ਹੋਊਗੀ, ਬਾਹਰ ਸਪਰਿੰਗ ਰੋਲ ਇੰਨਾ ਵਧੀਆ ਨਹੀਂ ਹੁੰਦਾ। ਸਪਰਿੰਗ ਰੋਲ ਦੇ ਵਿੱਚ ਪਨੀਰ ਵੀ ਸੀ ਕਹਿੰਦੇ। ਹਾਂ, ਅਤੇ ਬਾਕੀ ਅਸੀਂ ਨਾ ਫਰੂਟ ਸੈਲਡ ਨਾਲ ਲੈ ਲਿਆ, ਰਾਹ 'ਚ ਕੰਮ ਆਊ, ਸਿਆਣਿਆਂ ਨੇ ਸਮਝ ਜਾਣਾ। ਜਦੋਂ ਅਸੀਂ ਚੰਡੀਗੜ੍ਹ ਪਹਿਲਾਂ ਰਹਿਣ ਆਏ ਸੀ ਨਾ, ਸਭ ਤੋਂ ਪਹਿਲਾਂ ਅੱਗੇ ਵਲੌਗ 'ਚ ਕਦੇ ਦੱਸਿਆ ਵਾ, ਅੱਜ ਪੰਮਿਆਂ ਦਿਖਾਉਣ ਆਇਆ। ਜਿਹੜਾ ਆਪਣਾ ਸਭ ਤੋਂ ਟੋਪ ਫਲੋਰ ਸੀ ਨਾ, ਉਹ ਆਪਣੀ ਸੀ, ਅਤੇ ਗੱਡੀ ਆਪਣੀ ਇੱਥੇ ਬਾਹਰ ਖੜ੍ਹੀ ਹੁੰਦੀ ਸੀਗੀ। ਉਦੋਂ ਹੁੰਦੀ ਸੀ ਆਪਣੇ ਕੋਲ ਬਲੈਰੋ, ਜੇ ਬੁਲਟ 'ਤੇ ਹੋਣਾ ਤਾਂ ਬੁਲਟ ਉੱਥੇ ਅੰਦਰ ਖੜ੍ਹੇ ਹੁੰਦੇ ਸੀਗੇ, ਅਤੇ ਆਹ ਗੇਟ ਹੁੰਦਾ ਸੀਗਾ, ਇਹ ਅੰਕਲ ਨੇ ਉੱਧਰ ਲੌਕ ਲਾਉਣਾ। ਉਹ ਅਸੀਂ ਉਹ ਆਲਡੀ ਖਰਾਬ ਕਰ ਲਈ ਸੀ, ਲੌਕ ਸੁਣੀ ਲੋਕ ਗੇਟ ਖੁੱਲ੍ਹਣੇ, ਮੋਟਰਸਾਈਕਲ ਬਾਹਰ ਆ ਜਾਂਦਾ ਸੀ। ਫਿਰ ਤਾਂ ਕਰਕੇ ਚੰਡੀਗੜ੍ਹ ਚ ਰਹਿਣ ਦਾ ਵੀ ਚਾਅ ਸੀਗਾ, ਤੇ ਰੋਜ਼ ਕਾਲਜ ਵੀ ਜਾਣਾ ਹੁੰਦਾ ਸੀ। ਕਿਉਂ ਬਈ? ਅੱਜ ਕੱਲ ਤਾਂ ਹੁਣ ਤਾਂ ਮੁੰਡੇ ਵੱਧ ਉਧਰ ਹੀ ਰਹਿੰਦੇ ਆ, ਹੁਣ ਤਾਂ ਉਧਰ ਨੂੰ ਵੱਧ ਰਹਿੰਦੇ ਆ, ਆਪਣੇ 68 ਹੋ ਗਿਆ, ਉਧਰ 88 ਹੋ ਗਿਆ, ਉਧਰ ਨੂੰ ਵੱਧ ਰਹਿੰਦੇ ਆ। ਇੱਧਰ ਯਾਰ ਫਲੈਟ ਮਹਿੰਗੇ ਹੁੰਦੇ ਸੀਗੇ ਰੈਂਟ, ਉੱਧਰ ਹੁਣ ਮਤਲਬ ਇੱਥੇ ਨਾਲੇ ਮਤਲਬ ਐਂ ਹੁੰਦਾ ਵੀ ਥੱਲੇ ਫੈਮਲੀਆਂ ਰਹਿੰਦੀਆਂ ਨੇ, ਉੱਥੇ ਨਾਲੇ ਤਾਂ ਫਲੈਟ ਆਪਦਾ ਮਿਲਦਾ ਵਾ ਸੁਸਾਇਟੀ 'ਚ, ਨਾਲੇ ਉਹ ਬੰਦੇ ਨੂੰ ਸੌਖਾ। ਇੱਥੇ ਫਿਰ ਰਾਤ ਨੂੰ ਆਏ
ਹੁੰਦਾ ਵੀ ਰਾਤ ਨੂੰ 12 ਵਜੇ ਤੋਂ ਬਾਅਦ ਬਾਹਰ ਨਹੀਂ ਜਾਣਾ, ਇੱਦਾਂ ਦੇ ਸੀਨ ਹੁੰਦੇ ਆ ਉਹਦੇ। ਚਲੋ ਹੁਣ ਚੱਲਦੇ ਆ ਆਪਾਂ। ਚੱਲੀ ਜਾਣਾ ਹੀ ਪੈਣਾ, ਕੰਮ ਤਾਂ ਫੇਰ ਨਹੀਂ ਹੋਇਆ। ਅੱਜ ਅਸੀਂ ਗੇੜੀ ਵੀ ਨਹੀਂ ਮਾਰਨੀ ਯਾਰ, ਹੁਣ ਮੂਡ ਖਰਾਬ ਆ। ਹੋਰ ਕੀ, ਹੁਣ ਅਸੀਂ ਚੱਲੇ ਘਰ ਨੂੰ, ਘੁੰਮ ਘੁੰਮ ਕੇ ਥੱਕ ਕੇ ਕੰਮ ਸਾਡਾ ਫੇਰ ਨਹੀਂ ਹੋਇਆ। ਹੋਰ ਅਸੀਂ ਘਰੇ ਪਹੁੰਚ ਗਏ ਕੈਂਟ, ਤੇ ਕੈਂਟ ਵਾਲੇ ਤਾਂ ਲੜੀਆਂ ਵੀ ਲਾਤੀਆਂ ਦੀਵਾਲੀ ਲਈ। ਮੈਂ ਕਹਿੰਦਾ ਤੁਸੀਂ ਬਾਹਲੇ ਐਡਵਾਂਸ ਹੋ ਰਹੇ ਹੋ, ਕਰਦੇ ਵੀ ਲੜੀਆਂ ਲੱਗੀਆਂ ਹੋਈਆਂ ਬਈ। ਆਇਆ ਗੱਲਬਾਤ ਇਹ ਸੀਗੀ ਆਪਣੇ ਪਹਿਲੇ ਦਿਨ ਦੀ ਕਹਾਣੀ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਮੈਂ ਮੇਲੇ ਤੋਂ ਹਰਮਨ ਨੂੰ ਲੈਣ ਦਿੱਲੀ ਨਹੀਂ ਗਿਆ, ਮੈਂ ਚੰਡੀਗੜ੍ਹ ਗਿਆ ਸੀਗਾ। ਜਿਹੜਾ ਹਰਮਨ ਵਾਲਾ ਹਿੰਟ ਆ ਨਾ ਕਿ ਉਹ ਇੰਡੀਆ ਆਇਆ ਹੋਇਆ ਜਾਂ ਨਹੀਂ ਆਇਆ ਹੋਇਆ ਜਾਂ ਉਹ ਹਲੇ ਆਉਣ ਵਾਲਾ ਵਾ, ਉਹ ਤੁਹਾਨੂੰ ਵੀਡੀਓ 'ਚ ਕਿਤੇ ਵੀ ਦੇਖਣ ਨੂੰ ਮਿਲ ਜੂਗਾ। ਪੂਰਾ ਇੱਕ ਵਧੀਆ ਤਰੀਕੇ ਨਾਲ ਹਿੰਟ ਦਊਂਗਾ। ਅਤੇ ਬਾਕੀ ਹੁਣ ਉਦੋਂ ਬਾਅਦ 'ਚ ਆਉਂਦੀ ਹੈ ਦੂਜੇ ਦਿਨ ਦੀ ਕਹਾਣੀ, ਉਹ ਵੀ ਤੁਸੀਂ ਹੁਣ ਥੋੜ੍ਹੇ ਆਪ ਹੀ ਦੇਖ ਲਓ। ਯੂਟਿਊਬ ਤੋਂ ਪਹਿਲਾਂ ਮੈਨੂੰ ਘੜੀਆਂ ਦਾ ਬਹੁਤ ਸ਼ੌਂਕ ਹੁੰਦਾ ਸੀਗਾ, ਬਟ ਪਿਛਲੇ ਸਾਲ ਡੇਢ ਸਾਲ ਤੋਂ ਮੈਂ ਕੋਈ ਘੜੀ ਨਹੀਂ ਲਾਈ ਹੈਗੀ। ਹੁਣ ਵਿਆਹ ਆ ਰਹੇ ਨੇ, ਮੈਂ ਸੋਚਿਆ ਸਾਰੀਆਂ ਘੜੀਆਂ ਠੀਕ ਕਰਾ ਲਈਏ, ਜਿਵੇਂ ਇਹ 'ਚ ਸੈੱਲ ਹੈ ਨਹੀਂ, ਇਹਦਾ ਪਟਾ ਟੁੱਟਿਆ ਹੋਇਆ, ਇਹ 'ਚ ਸੈੱਲ ਹੈ ਨਹੀਂ, ਇਹ 'ਚ ਸੈੱਲ ਹੈ ਨਹੀਂ, ਇਹਦੀ ਆਹ ਚੀਜ਼ ਟੁੱਟੀ ਹੋਈ ਆ ਅਤੇ ਇਹਦੇ ਸੈੱਲ ਹੈ ਨਹੀਂ, ਇੱਕ ਆਹੀ ਘੜੀ ਚੱਲਦੀ ਆ ਬਸ। ਇਹ ਮੈਂ ਕਦੇ ਕਦੇ ਕਿਸੇ ਵਿਆਹ ਸ਼ਾਦੀ ਨੂੰ ਲਾ ਲੈਣਾ, ਬਟ ਐਗਤੀ ਵਿਆਹ ਹੈਗੇ ਆਪਾਂ ਨੂੰ ਕਿੰਨੇ ਪਾਉਣ, 5 ਜਾਂ 6 ਅਤੇ ਉਸ ਕਰਕੇ ਫਿਰ ਆਪਾਂ ਹਰ ਵਿਆਹ 'ਤੇ ਅੱਡ ਅੱਡ ਘੜੀ ਲਾਵਾਂਗੇ। ਹੁਣ ਇਹ ਨਾ ਕਿ ਉਹ ਫੁਕਰੀ ਮਾਰ ਰਿਹਾ, ਪਿਛਲੇ 10-12 ਸਾਲਾਂ ਦੀਆਂ ਘੜੀਆਂ ਮੇਰੇ, ਕਿਉਂਕਿ ਆਪਣੇ ਤੁਹਾਨੂੰ ਪਤਾ ਇਹਦੇ ਵਿੱਚੋਂ ਲਈ ਤਾਂ ਮੈਂ ਇੱਕ ਅੱਧੀ ਹੋਊਗੀ, ਇੱਕ ਆਹੀ ਬਾਕੀ ਕਦੇ ਮਾਮਾ ਬਾਹਰੋਂ ਆ ਜਾਂਦਾ ਸੀ, ਕਦੇ ਭਾਈ ਬਾਹਰੋਂ ਆ ਜਾਂਦਾ ਸੀਗਾ, ਪਰ ਭਾਈ ਵੀ ਇੱਕ ਵਾਰੀ ਬਾਹਰੋਂ ਆਇਆ, ਉਹ ਭੇਜ ਨਾ ਕਿਸੇ ਕੋਲੇ। ਤੇ ਬਾਕੀ ਤਕਰੀਬਨ ਬਾਤਾਂ ਮੇਰੇ ਮਾਮੇ ਦੇ ਮੁੰਡੇ ਨੇ ਭੇਜੀਆਂ ਨੇ, ਕੋਲੇ ਵੀ 4 ਘੜੀਆਂ ਨੇ ਬਟ ਉਹ 4 ਗਿਫਟਡ ਨੇ, ਮੈਂ ਹਲੇ ਤੱਕ ਇੱਕ ਵੀ ਨਹੀਂ ਲਈ। ਹੁਣ ਆਪਾਂ ਅੱਜ ਇਹਨੂੰ ਸੈੱਟ ਕਰਾ ਲਈਏ। ਹੁਣ ਇਹ ਨਹੀਂ ਪਤਾ ਇਹ ਵਲੌਗ ਆਉਣਾ ਕਦੋਂ ਆ, 2-3 ਦਿਨ ਦਾ ਇਕੱਠਾ ਪਰ ਲਾ ਗਿਆ ਜੀ, ਇੱਕ ਵਲੌਗ ਬਣਾ ਕੇ ਪਾ ਦੇਣਾ ਆਪਾਂ, ਕਿਉਂਕਿ ਤਿਆਰੀਆਂ ਕਰਨ 'ਚ ਹੈਗੀਆਂ, ਬਹੁਤੇ ਬਿਜ਼ੀ, ਕਿਉਂ ਜੀ ਟਾਈਮ ਲੱਗਦਾ ਨੀਗਾ ਵਲੌਗ ਬਣਾਉਣ। ਯੈਸ ਵੱਡੀ ਘੈਂਟ, ਉਹ ਫਿਰ ਅਸੀਂ ਤਾਂ ਨਹੀਂ ਬਣਾਉਂਦੇ ਯਾਰ, ਕਿਉਂਕਿ ਫਿਰ ਤੁਹਾਨੂੰ ਨਾ ਵਧੇਰੇ ਲੱਗਦਾ ਸੀ ਚਾਹੇ ਲਕੋਈ ਜਾਂਦੇ ਹਾਂ ਛੱਡੀ ਜਾਂਦੇ ਹਾਂ, ਤੁਸੀਂ ਕਹਿੰਦੇ ਸੀ ਸਾਨੂੰ ਨਾ ਸਵਾਦ ਨਹੀਂ ਆਇਆ। ਮਤਲਬ ਕਿਸੇ ਨੇ ਤੁਹਾਡਾ ਪਤਾ ਕੀ ਨਾ ਰੱਖਿਆ, ਸਸਪੈਂਸ ਬਾਬਾ ਮੈਨੂੰ ਇੰਨਾ ਫਨੀ ਲੱਗਿਆ ਉਹ ਕਮੈਂਟ ਪੜ ਕੇ, ਕਿਉਂਕਿ ਯਾਰ ਪਤਾ ਕੀ ਗੱਲ ਹੈ, ਮੈਂ ਦਿਖਾਉਂਦਾ ਪਤਾ ਕਾਹਦੇ ਨਹੀਂ ਹੈਗਾ। ਇੱਕ ਤਾਂ ਨਾ ਕਈ ਜਾਣੇ ਨਾ ਕਮੈਂਟ ਕਰਨ ਲੱਗੇ ਨਹੀਂ ਸੋਚਦੇ, ਕਈ ਜਾਣੇ ਮਤਲਬ ਬੋਲਣ ਲੱਗੇ ਨਹੀਂ ਸੋਚਦੇ, ਫਿਰ ਆਪਾਂ ਕਿਉਂ ਕੋਈ ਰਿਸ਼ਤੇ ਖਰਾਬ ਕਰਨਾ। ਇਸ ਕਰਕੇ ਕੋਈ ਨਾ 2 ਦਿਨ ਆਪਾਂ ਗੈਪ ਪਾ ਲਾਂਗੇ, ਕੋਈ ਚੱਕਰ ਨਹੀਂ ਹੈਗਾ, ਉਦੋਂ ਬਾਅਦ 'ਚ ਉਨੀ ਆਪਾਂ ਵੱਧ ਵਲੌਗ ਬਣਾ ਦਾਂਗੇ। ਤੁਸੀਂ ਟੈਨਸ਼ਨ ਵਾਲੇ ਜਿਹੜੇ ਆਪਾਂ ਨੂੰ ਪਿਆਰ ਕਰ ਰਹੇ, ਤੁਹਾਡੇ ਲਈ ਵਲੌਗ ਮਹੀਨੇ ਦੇ ਆਪਾਂ 25 ਬਣਾ ਦਿਆ ਕਰਾਂ, ਟੈਨਸ਼ਨ ਨਹੀਂ ਲੈਣੀ। ਸਹੀ ਬਾਤ, 25 ਦਾ ਮਹੀਨੇ ਤੁਸੀਂ 25 ਦਾ ਬਣਾਈ ਦਿੰਦੇ ਆ ਯਾਰ, 4-5 ਦਿਨ ਦਾ ਗੈਪ ਪੈਂਦਾ। ਚਲੋ ਠੀਕ ਆ, ਚਲੀਏ, ਚਲੋ ਮੈਂ ਤੁਹਾਡੀਆਂ ਘੜੀਆਂ ਪੈਕ ਕਰ ਲਈਆਂ। ਹੁਣ ਆਪਾਂ ਆਏ ਹਾਂ ਚੌੜੇ ਬਾਜ਼ਾਰ। ਤੁਸੀਂ ਸਾਰੇ ਸੋਚਦੇ ਹੋਵੋਗੇ ਵੀ ਵਿਆਹ ਕਿਹਦਾ ਵਾ, ਤੁਹਾਨੂੰ ਮੈਂ ਥੋੜ੍ਹੀਆਂ ਜਿਹੀ ਆਪਸ਼ਨ ਦਿੰਦਾ ਵਾਂ। ਸਭ ਤੋਂ ਪਹਿਲੀ ਆਪਸ਼ਨ ਹਰਪਿੰਦਰਾ, ਦੂਜੀ ਆਪਸ਼ਨ ਪੰਮਾ, ਤੀਜੀ ਆਪਸ਼ਨ ਕਾਸ਼ੀ, ਚੌਥੀ ਆਪਸ਼ਨ ਕੋਈ ਬਾਹਰੋਂ ਆਇਆ ਹੋਇਆ ਉਹਦਾ ਵਿਆਹ, ਪੰਜਵੀਂ ਆਪਸ਼ਨ ਇੰਗਲੈਂਡ ਤੋਂ ਕੋਈ ਆਇਆ ਹੋਇਆ ਉਹਦਾ ਵਿਆਹ, ਅਤੇ 6ਵੀਂ ਆਪਸ਼ਨ ਆਪਣੇ ਜੋਧਾ ਪਿੰਡ 'ਚੋਂ ਕਿਸੇ ਦਾ ਵਿਆਹ ਵਾ, ਆਪਣੇ ਘਰਾਂ 'ਚੋਂ ਜਾਣੀ ਕਿ। ਸੋ ਹੁਣ ਗੈਸ ਕਰੋ ਕਿਹਦਾ ਵਾ, ਅਤੇ ਬਾਕੀ ਸਸਪੈਂਸ ਤਾਂ ਥੋੜ੍ਹਾ ਜਿਹਾ ਰੱਖਣਾ ਪੈਣਾ ਹੀ ਆ। ਆਪਣਾ ਪਹਿਲਾ ਕੰਮ ਆ ਕਿ ਆਪਾਂ ਡੱਬੇ ਬਣਨੇ ਦੇਣੇ ਆ, ਅਤੇ ਪਹਿਲਾਂ ਇਹ ਦੇ ਦਈਏ, ਅਤੇ ਦੂਜਾ ਕੰਮ ਆਪਾਂ ਕੋਟ ਪੈਂਟ ਲੈਣਾ। ਅੱਜ ਦੇ ਆਪਣੇ ਨਿੱਕੇ ਮੋਟੇ ਕਾਫੀ ਕੰਮ ਹੋ ਗਏ। ਹੁਣ ਇੱਕ ਕਮੈਂਟ ਹੋਰ ਵੱਧ ਆਉਂਦਾ ਹੁੰਦਾ ਕਿ ਹਰਮਨ ਇੰਡੀਆ ਆਇਆ ਹੋਇਆ ਕਿ ਹਰਮਨ ਇੰਡੀਆ ਨਹੀਂ ਆਇਆ ਹੋਇਆ। ਮੈਨੂੰ ਲੱਗਦਾ ਆਉਣ ਵਾਲੇ 2 ਵਲੌਗਾਂ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਉਹ ਇੰਡੀਆ ਆਇਆ ਹੋਇਆ ਕਿ ਨਹੀਂ। ਅਤੇ ਬਾਕੀ ਸਾਰਾ ਵਧੀਆ, ਹੁਣ ਅੱਜ ਸਵੇਰ ਦੇ ਨੇ ਕੁਛ ਨਹੀਂ ਖਾਧਾ, ਹਾਲੇ ਉਵੇਂ ਚੱਲਦਾ ਵਾ। ਹਾਊਸ ਦੀ ਜੋਸ਼ ਲੋ ਸਰ, ਲੋ ਸਰ, ਚਲੋ ਹੁਣ ਆਪਾਂ ਇਹ ਵਲੌਗ ਕੱਲ ਨੂੰ ਕੰਟੀਨਿਊ ਕਰਾਂਗੇ। ਅੱਜ ਦਿਨ ਹੈਗਾ ਵੀਰਵਾਰ, ਅਤੇ ਤਰੀਕ ਹੈਗੀ ਆ 28, ਅਤੇ ਅੱਜ ਆਪਣੇ ਹੋ ਗਏ 1.5 ਲੱਖ ਸਬਸਕ੍ਰਾਈਬਰ ਯੂਟਿਊਬ 'ਤੇ, ਅਤੇ ਅਸੀਂ ਹੈਗੇ ਹਾਂ ਹਵੇਲੀ ਦੇ ਵਿੱਚ, ਰੋਟੀ ਖਾ ਕੇ ਹਟੇ ਸੀਗੇ, ਅਤੇ ਹੁਣ ਬਾਕੀ ਸਾਰਾ ਕੁਝ ਵਧੀਆ। ਪਹਿਲਾਂ ਮੈਂ ਸੋਚਿਆ ਸੀਗਾ ਵਲੌਗ ਕੱਲ ਨੂੰ ਕੰਟੀਨਿਊ ਕਰਨਾ ਵਾ, ਬਟ ਹੁਣ ਆਪਣੇ 1.5 ਲੱਖ ਹੋ ਗਏ ਸੀ ਸਬਸਕ੍ਰਾਈਬਰ। ਸੋ ਸਾਰਿਆਂ ਦਾ, ਹਾਂ, ਸੋ ਸਾਰਿਆਂ ਦਾ ਥੈਂਕ ਯੂ ਸੋ ਮੱਚ, ਅਤੇ ਬਹੁਤ ਬਹੁਤ ਪਿਆਰ। ਐਂਡ ਸਵੇਰੇ ਵੀਡੀਓ ਕੰਟੀਨਿਊ ਕਰਾਂਗੇ, ਹਾਂ, ਅਭੀ ਸੀਨਸ ਕੁਝ ਐਸੇ।
ਅੱਜ ਆਪਣਾ ਤੀਜਾ ਦਿਨ ਹੋ ਗਿਆ ਵਲੌਗ ਨੂੰ ਕੰਟੀਨਿਊ ਕਰਦੇ ਨੂੰ। ਸਵੇਰੇ ਸਵੇਰੇ ਇੱਥੋਂ ਸ਼ਹਿਰੋਂ ਆਪਣੇ ਬਾਜ਼ਾਰੋਂ ਪਕੌੜੇ ਲੈਣ ਆਇਆ ਸੀ ਘਰੇ, ਕੁਛ ਹੋਰ ਪ੍ਰਾਹੁਣਿਆਂ ਨੇ ਆਉਣਾ ਵਾ। ਹਾਂਜੀ ਕਿਵੇਂ ਹੋ, ਕੌਣ ਬੈਠਾ ਅੰਦਰ ਦੱਸਣਾ ਨੀ ਵੀ ਮੇਰੇ ਨਾਲ ਕੌਣ ਬੈਠਾ ਵਾ। ਆਵਾਜ਼ ਤਾਂ ਸੁਣਾ ਦੋ ਵੀਰੇ ਕੀ ਆਖਿਆ। ਹੁਣ ਅਸੀਂ ਨਵੇਂ ਪ੍ਰਾਹੁਣਿਆਂ ਦੇ ਨਾਲ ਘੁਮਾਰ ਮੰਡੀ ਆਏ ਹਾਂ। ਅੱਜ ਅਸੀਂ ਤੀਜਾ ਕੰਮ ਕਰਨ ਆਏ ਹਾਂ ਜਿਹੜਾ ਕਿ ਮੋਸਟ ਇੰਪੋਰਟੈਂਟ ਕੰਮ ਹੁੰਦਾ ਵਿਆਹ ਦੇ ਵਿੱਚ। ਅਤੇ ਹੁਣ ਇੱਥੇ ਨਾ ਘੁਮਾਰ ਮੰਡੀ 'ਚ ਇੱਕ ਪ੍ਰੋਬਲਮ ਆ, ਪਾਰਕਿੰਗ ਦਾ ਬੜਾ ਔਖਾ। ਆਪਾਂ ਮੇਨ ਪ੍ਰਾਹੁਣਿਆਂ ਦੀ ਗੱਡੀ ਤਾਂ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਕੋਲ ਪਾਰਕਿੰਗ ਆ ਉੱਥੇ ਗੱਡੀ ਲਵਾ ਦਿੱਤੀ, ਪਰ ਉੱਥੇ ਇੱਕ ਹੀ ਗੱਡੀ ਥਾਂ ਦੀ, ਇੱਕ ਹੀ ਗੱਡੀ ਦਾ ਥਾਂ ਸੀਗਾ। ਅਤੇ ਮੈਂ ਆਪਦੀ ਗੱਡੀ ਉਹ ਮਗਰ ਲੈ ਕੇ ਆਇਆ, ਹੁਣ ਤੁਰ ਕੇ ਆ ਰਿਹਾ। ਬਾਕੀ ਸਾਰੇ ਤਾਂ ਦੁਕਾਨ 'ਚਲੇ ਗਏ ਹੋਏ। ਜਿਹੜਾ ਆਪਣਾ ਤੀਜਾ ਤੇ ਮੇਨ ਕੰਮ ਸੀਗਾ ਉਹ ਵੀ ਹੋ ਗਿਆ, ਹੁਣ ਆਪਾਂ ਅੱਜ ਘਰੇ ਚੱਲੇ ਹਾਂ। ਤੇ ਬਾਕੀ ਹੁਣ ਨਹੀਂ, ਹਲੇ ਮੇਰੀ ਮਰਜ਼ੀ ਹੈ ਨਹੀਂ। ਹੁਣ ਆਪਣੇ ਕੰਮ ਰਹਿ ਗਏ ਜਿਵੇਂ ਕਿ ਡੀਜੇ ਤੇ ਮੂਵੀ ਵਾਲਾ, ਉਹ ਆਪਾਂ ਲੋਕੇਸ਼ਨ ਸ਼ਾਪਿੰਗ, ਉਹ ਤਾਂ ਮੇਰੀ ਵੀ ਰਹਿੰਦੀ ਆ, ਥੋੜੀ ਜਿਹੀ ਤਾਂ ਕੱਲ ਹੋ ਗਈ। ਉਹ ਤਾਂ ਗਿਫਟਡ ਸੀ, ਗਿਫਟਡ ਤਾਂ ਮੈਨੂੰ ਬਥੇਰੇ ਮਿਲ ਗਏ, ਹਲੇ ਮੇਰੀ ਸ਼ਾਪਿੰਗ ਤਾਂ ਆਪਣੀ ਦੋਨੋਂ ਦੀ ਰਹਿੰਦੀ ਆ ਨਾ। ਇਹ ਤਾਂ ਹੈ। ਤੇ ਬਾਕੀ ਸਭ ਬੜੀ ਹੈ ਬਾਈ, ਅਭੀ ਹਮ ਸਿੱਧਾ ਘਰ ਜਾ ਕੇ ਮਿਲੇਂਗੇ। ਸਹੀ ਬਾਤ ਹੈ। ਤੂੰ ਕਿਹਨੇ ਸੁੱਟ ਲਿਆ ਜੀ? ਸਭ ਕੋ ਲਿਆ ਰਿਹਾ। ਉਹ ਵੀ ਕਿਆ ਗਿਫਟਡ ਆ ਐਕਚੁਅਲੀ, ਇਹ ਕਿਹਨਾਂ ਤੁਹਾਡੇ ਲਈ ਸਰਪ੍ਰਾਈਜ਼ ਹੋਰ ਆ, ਉਹ ਦੱਸਾਂਗੇ ਤੁਹਾਨੂੰ ਇਹਨੇ ਗਿਫਟ ਕਿਉਂ ਮਿਲਦਾ। ਸਹੀ ਬਾਤ ਹੈ, ਤੁਹਾਨੂੰ ਵਧੀਆ ਲੱਗੂਗਾ। ਯੂਨੀਕ ਜਿਹਾ ਵਾ, ਸਾਡੇ ਲਈ ਯੂਨੀਕ ਜਿਹਾ, ਬਟ ਤੁਹਾਡੇ ਲਈ ਪਤਾ ਨਹੀਂ ਹੋਊਗਾ ਕਿ ਇਹਨਾਂ ਲਈ ਵੀ ਸੋਚਿਆ ਨਹੀਂ ਹੋ ਕਿ ਅਸੀਂ ਉਹ ਚੀਜ਼ ਕਰ ਸਕਦੇ ਹਾਂ। ਅਸੀਂ ਇੱਕ ਬਹੁਤ ਹੀ ਵਧੀਆ ਚੀਜ਼ ਕੀਤੀ ਹੈ ਦੱਸੇ ਹੋਏ। ਸ਼ੋਪਿੰਗ ਕਰਨ ਤੋਂ ਬਾਅਦ ਆਪਾਂ ਸਿੱਧਾ ਘਰੇ ਆਇਆ। ਹੁਣ ਤੁਹਾਡੇ ਨਾ ਦਿਮਾਗ 'ਚ ਥੋੜ੍ਹੇ ਜਿਹੇ ਸਵਾਲ ਹਲੇ ਵੀ ਹੋਣਗੇ ਕਿ ਵਿਆਹ ਕਿਹਦਾ ਵਾ, ਠੀਕ ਆ, ਸ਼ੋਪਿੰਗ ਕਿਹਦੇ ਨਾਲ ਕਰਦੇ ਹੋ ਤੁਸੀਂ, ਅਤੇ ਜਿਹੜਾ ਤੀਜਾ ਜ਼ਰੂਰੀ ਕੰਮ ਸੀਗਾ ਉਹ ਕਿਹੜਾ ਸੀਗਾ, ਅਤੇ ਸਭ ਤੋਂ ਲਾਸਟ ਅਤੇ ਮੋਸਟ ਇੰਪੋਰਟੈਂਟ ਹੈ ਕਿ ਹਰਮਨ ਇੰਡੀਆ ਆਇਆ ਹੋਇਆ ਜਾਂ ਹਲੇ ਨਹੀਂ ਆਇਆ ਹੋਇਆ ਜਾਂ ਹਲੇ ਉਹਨੇ ਆਉਣਾ ਵਾ। ਉਹ ਜਦੋਂ ਆਪਾਂ ਨਾ ਕਲਿੱਪ ਖਤਮ ਕਰਨੀ ਹੈ, ਠੀਕ ਆ, ਜਦੋਂ ਮਤਲਬ ਵੀਡੀਓ ਐਂਡ ਕਰਨੀ ਆ, ਉਹ ਤੋਂ ਬਾਅਦ 'ਚ ਥੋੜ੍ਹੀ ਜਿਹੀ ਇੱਕ ਝਲਕ ਆਊਗੀ, ਤੁਹਾਨੂੰ ਪਤਾ ਲੱਗ ਜੂਗਾ ਵੀ ਉਹ ਕਿੱਥੇ ਆ, ਕਿਵੇਂ ਆ, ਕੀ ਕਰਦਾ ਵਾ। ਅਤੇ ਬਾਕੀ ਸਭ ਬੜੀ ਹੈ ਬਾਈ, ਹੋਰ ਕੋਈ ਗੱਲਬਾਤ? ਹੋਰ ਕੋਈ ਗੱਲਬਾਤ ਨਹੀਂ ਹੈ ਬਸ। ਔਰ ਗੱਲਬਾਤ ਇਦਾਂ ਵਾ ਕਿ ਹੁਣ ਸਾਨੂੰ ਸੁਣਾ ਚਾਹੀਦਾ ਵਾ, ਕਿਉਂਕਿ ਬਹੁਤ ਜ਼ਰੂਰੀ ਕੰਮ ਆ ਕੱਲ੍ਹ ਨੂੰ, ਅਤੇ ਸਵੇਰੇ ਸਾਜਰੇ ਉੱਠਣਾ ਸੀ। ਸੋ ਠੀਕ ਆ, ਮਿਲਦੇ ਹਾਂ ਫਿਰ ਆਪਾਂ ਹੁਣ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ। ਜੇ ਵੀਡੀਓ ਵਧੀਆ ਲੱਗੀ ਹੋਈ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰੋ। ਮੈਨੂੰ ਵੀ ਬੋਲਣ ਦਾ ਮੌਕਾ ਦੇ ਦਿਆ ਕਰੋ, ਸਾਰੇ ਕਹਿੰਦੇ ਨੇ ਢੋਲ ਵਾਂਗੂ ਸ਼ੇਰਾ ਲਾਉਂਦੇ ਰਹਿੰਦੇ ਆ, ਮਗਰ ਕੋਈ ਸਵਾਲ ਨੀ। ਆਪਾਂ ਹੌਲੀ ਹੌਲੀ ਮਤਲਬ ਜਿਹੜਾ ਕੱਲ ਵਾਲੀ ਵੀਡੀਓ ਹੋਊਗੀ, ਇਦੂ ਬਾਅਦ ਚਲੀ ਮਤਲਬ ਵੀਡੀਓ ਤੋਂ ਬਾਅਦ ਵੀਡੀਓ ਹੋਊਗੀ, ਉਹ 'ਚ ਪਹਿਲੇ ਸਸਪੈਂਸ ਦਾ ਪਟਾਕਾ ਪੈ ਜਾਣਾ। ਵੈਸੇ ਤਾਂ ਜਦੋਂ ਤੁਸੀਂ ਇਦੂ ਗਾਹਾਂ ਵਾਲੀ ਕਲਿੱਪ ਦੇਖਣੀ, ਅੱਧਾ ਪਟਾਕਾ ਤਾਂ ਉਹ ਹੀ ਪੈ ਜਾਣਾ, ਬਾਕੀ ਕੱਲ ਵਾਲੇ ਵਲੌਗ 'ਚ। ਠੀਕ ਆ, ਹੁਣ ਫਾਈਨਲੀ ਸਤਿ ਸ਼੍ਰੀ ਅਕਾਲ। ਠੀਕ ਆ ਬੋ ਯਾਰ, ਵੈਰੀ ਹੈਪੀ ਟੂਡੇ, ਗੁੱਡ ਨਾਈਟ। ਚੰਗਾ, ਓਕੇ, ਅੱਜ ਤਾਂ ਨੀਂਦ ਨਹੀਂ ਆਉਣੀ ਮੈਨੂੰ, ਨਾ ਮੈਂ ਸੋਣਾ। ਬਸ ਬਾਏ ਬਾਏ, ਆ ਵੀਡੀਓ ਐਂਡ ਕਰਕੇ ਆਪਾਂ ਬਸ ਨਹਾਉਣ ਧੋਣ ਲੱਗ ਜਾਣਾ। ਚੰਗਾ ਜੀ, ਤੁਸੀਂ ਨਹਾਇਓ, ਮੈਂ ਤਾਂ ਸੌਂਗੀ ਦੋ ਘੰਟੇ। ਚਲੋ ਠੀਕ ਆ, ਮਿਲਤੇ ਹੈ ਫਿਰ ਅਗਲੀ ਵੀਡੀਓ ਮੈਂ। ਆ ਲੈ ਚੱਕ, ਮੈਂ ਆ ਗਿਆ।